We have an update when it comes to the farmers' protests. This is some breaking news that's coming in. We're learning that the government has invited the farmer unions for the fifth round of talks. This comes after four rounds of talks between the center and the farmers were inconclusive. Essentially, no proper agreement was reached, which is why the farmers' protests have started once again. Dilli Chalo 2.0 continues today. ਫਿਰ ਮੋਦੀ ਸਾਹਿਬ ਦਾ ਪੱਤਾ ਇੱਥੇ ਕੱਟਿਆ ਗਿਆ, ਉਹਦਾ ਮਨਸ਼ਾ ਨਹੀਂ ਪੂਰਾ ਹੋ ਸਕਿਆ। ਅਰ ਖੜੇ ਆ ਔਰ ਖੜ ਕੇ ਗੱਲ ਕਰ ਰਹੇ, ਠੀਕ ਆ। ਤੋ ਇਸ ਕਰਕੇ ਉਹ ਚਲੇ ਗਏ, ਉਹਨਾਂ ਨੂੰ ਇਹ ਫੌਰੀ ਕਿਹਾ, ਆਹ ਲਿਖ ਕੇ ਦਿੱਤੀ ਮੰਗ ਸੀ, ਆ ਐਂ ਬੋਲੋ ਦਿੱਲੀ। ਐਂ ਨਹੀਂ ਕਿਹਾ, ਲਿਖ ਕੇ ਸ਼ਬਦ ਅਸੀਂ ਦਿੱਤੇ ਆ ਵੀ MSP ਗਰੰਟੀ ਕਾਨੂੰਨ ਬਣਾਉਣ ਵਾਲੀ ਗੱਲ ਦਾ ਹੱਲ ਕਰਨ ਲਈ ਮੀਟਿੰਗ ਹੋਊਗੀ। ਉਹ ਭੁਲੇਖਾ ਲੱਗਦਾ ਹੁਣ ਕੋਈ ਭੱਜ ਦੇ ਅਗਲਾ ਅਗਲ ਤੋਂ ਕੋਈ ਰੌਲਾ ਨਹੀਂ। ਐ ਤਸੱਲੀ ਕਰਕੇ, ਐ ਟਿਕਾਣੇ ਕਰਕੇ ਇਹ ਦੁਨੀਆ ਦਾ ਤੁਸੀਂ ਇਤਿਹਾਸ ਬਣਾ ਰਹੇ ਨੇ। ਗੱਲ ਇੱਥੇ ਨਹੀਂ ਮੁੱਕਣੀ, ਜਦੋਂ ਤੁਹਾਡੇ ਤੇ ਹਜ਼ਾਰਾਂ ਕਿਤਾਬਾਂ ਲਿਖੀਆਂ ਗਈਆਂ, ਇਸ ਗਵਾਹੀ ਦਾ ਕਿਸੇ ਰੌਣਾ ਫਿਰ ਕਿਵੇਂ ਬੱਚੇ ਸੰਭਾਲੇਗੀ, ਕਿਵੇਂ ਬਚਾ ਕੇ ਲੜੇਗੀ। ਇਸ ਕਰਕੇ ਸਾਡੇ ਸਿਰ ਤੇ, ਤੁਹਾਡੇ ਸਿਰ ਤੇ, ਸਾਰਿਆਂ ਦੇ ਸਿਰ ਤੇ ਇਹ ਜ਼ਿੰਮੇਵਾਰੀ ਆ, ਇਹ ਸਿਆਣਪ ਆ। ਅਸੀਂ ਮੌਕਾ ਨਹੀਂ ਦੇਣਾ ਕਿਸੇ ਨੂੰ, ਇਸ ਮੋਰਚੇ ਨੂੰ ਜਿੱਤਣਾ ਵਾ। Right now, we'll continue to track all of the developments on the ground when it comes to the farmers' protest. Right now, we're going to be shifting focus.